ਸਤਿ ਸ਼੍ਰੀ ਅਕਾਲ ਦੋਸਤੋ, ਆਹ ਪੰਜਾਬ ਵਿੱਚ ਰੁੱਖ ਲਗਾਉਣ ਲਈ ਸਾਰੇ ਪਾਸਿਆਂ ਤੋਂ ਕਿਹਾ ਜਾ ਰਿਹਾ ਵੀ ਪਰਿਆਵਰਣ ਬਚਾਓ, ਅਤੇ ਅਸੀਂ ਵੀ ਆਹ ਤੂਤ ਦੇ ਬੂਟੇ ਲੈ ਕੇ ਆਏ ਹਾਂ ਜੀ ਬਠਿੰਡੇ ਵਿੱਚ ਲਗਾਉਣ ਨੂੰ ਗੱਡੀ 'ਚ। ਅਤੇ ਹੁਣ ਤੁਹਾਡੇ ਸਾਹਮਣੇ ਕੈਪਟਨ ਸਾਹਿਬ ਨੇ ਵੀ ਕਿਹਾ ਵੀ ਤੂਤ ਦੇ ਬੂਟੇ ਲਗਾਓ ਅਤੇ ਰੁੱਖ ਲਗਾਓ, ਤਾਂ ਮੈਂ ਰੁੱਖ ਲਗਾਉਣ ਚੱਲਿਆ ਜੀ। ਲਓ ਜੀ, ਚਾਰ ਬੂਟੇ ਤੂਤ ਦੇ ਲਗਾ ਦਿੱਤੇ ਨੇ ਉੱਥੇ, ਕਿਉਂਕਿ ਜਦ ਤੱਕ ਇਹਨਾਂ ਦਾ ਇਲਾਜ ਨਹੀਂ ਹੁੰਦਾ ਆਪਾਂ ਰੁੱਖ ਲਾਉਂਦੇ ਰਹੀਏ ਅਤੇ ਇਹ ਆਵਾਰਾ ਪਸ਼ੂ ਜਿਹੜੇ ਹੈਗੇ ਨੇ ਖਾਈ ਜਾਂਦੇ ਰਹਿੰਦੇ ਨੇ ਇਹਨਾਂ ਨੂੰ। ਤਾਂ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਰੁੱਖ ਬਾਅਦ 'ਚ ਲਗਾਉਣ ਲੱਗਿਓ, ਕਿਉਂਕਿ 100 ਤੋਂ 150 ਬੂਟਾ ਅਸੀਂ ਪਿਛਲੀ ਵਾਰ ਲਗਾਇਆ ਸੀ, ਇੱਕ ਨਹੀਂ ਛੱਡਿਆ ਇਹਨਾਂ ਪਸ਼ੂਆਂ ਨੇ, ਤਾਂ ਫਿਰ ਲਗਾਉਣ ਦੀ ਖੇਚਲ ਕਾਹਦੇ ਲਈ ਕਰੀਏ ਕੈਪਟਨ ਸਾਹਿਬ। ਅਸੀਂ ਸਿੱਧੇ ਇਹਨਾਂ ਨੂੰ ਪਾ ਦਿੰਦੇ ਹਾਂ ਬੂਟੇ ਲਿਆ ਕੇ, ਆਹ ਲਓ ਹੋਰ ਤੂਤ ਦੇ ਬੂਟੇ ਪਾ ਦਿੰਦੇ ਹਾਂ ਜੀ ਤੁਹਾਡੇ ਸਾਹਮਣੇ, ਆ ਸਾਰੇ ਪਏ ਨੇ। ਲਓ ਜੀ ਇਕੱਠੇ ਸਾਰੇ ਦੇ ਸਾਰੇ ਮੈਂ ਬੂਟੇ ਲਗਾ ਦਿੱਤੇ ਕੈਪਟਨ ਸਾਹਿਬ ਪੰਜਾਬ ਦੇ ਵਿੱਚ, ਕਿਉਂਕਿ ਇਹਨਾਂ ਨੂੰ ਲਗਾਉਣ ਦਾ ਕੋਈ ਫਾਇਦਾ ਨਹੀਂ। ਧੰਨਵਾਦ ਜੀ। ਕਿਉਂਕਿ ਅੱਜ ਲਗਾ ਕੇ ਜਾਵਾਂ ਇਹਨਾਂ ਨੂੰ ਖੇਚਲ ਹੋਵੇ, ਤੁਰ ਕੇ ਲੱਭਣਾ ਪਵੇ, ਮੈਂ ਪਤਾ ਨਹੀਂ ਕਿੱਥੇ ਲਾਏ ਹੋਣਗੇ ਅਤੇ ਫੇਰ ਇਹ ਖਾਣ। ਇਹਦੇ ਨਾਲ ਚੰਗਾ ਹੈ ਵੀ ਮੈਂ ਸਿੱਧਾ ਹੀ ਖਵਾ ਦਾ ਇਹਨਾਂ ਨੂੰ, ਕਿਉਂਕਿ ਖਾਣੇ ਤਾਂ ਇਹਨਾਂ ਨੇ, ਰੁੱਖ ਵੱਡਾ ਹੋਣ ਤਾਂ ਦੇਣਾ ਨਹੀਂ। ਮਿਹਰਬਾਨੀ ਜੀ।